ਫੂਲ ਸਿੰਘ ਸ਼ਿਕਾਰ ਖੇਲ ਕੇ ਆਇਆ ਅਤੇ ਆਪਣੀ ਬਾਬੀ ਪਾਣੀ ਮੰਗਿਆ, ਲੇਕਿਨ ਉਹ ਹਮਾਰੇ ਗੁਰੂ ਜੀ ਬਤਾ ਕਰੇ ਕਿ ਉਹ ਰਕਾਨਾ ਥਾ ਵਾ ਕੁੰਦਨ ਮਲ ਕੀ ਸੇਠ ਕੀ ਸਠਾਣੀ ਕਹਿ ਗਈ ਔਰ ਉਸਨੇ ਜਾ ਕੇ ਪਾਣੀ ਮੰਗਿਆ। ਪੰਡਿਤ ਜੀ ਨੇ ਬਤਾਈ ਸੀ ਕਿ ਖੋਲ ਤੇ ਕਿਵਾੜ ਬਿਜਲੀ ਸੀ ਚਮਕੀ, ਤੇਰੀ ਬਾਬੀ ਪਾਣੀ ਪਿਲਾ ਦੇ। ਨੂੰ ਬੋਲੀ ਮੇਰੇ ਬਸ ਕਾ ਕੋਨਾ, ਆ ਕੇ ਬਸ ਕਾ ਕੋਨਾ, ਕੇ ਕਹਿਣ ਲੱਗੀ ਵਾ ਉਸਕੀ ਬਾਬੀ ਫੂਲ ਸਿੰਘ ਤਾਈ। ਦੇਖੇ ਮਾਲਕ ਕੀ ਜੋ ਹੁਕਮ ਦਿਆ ਕੇ ਤੇਰੀ ਕਮਾਈ ਖਾਸੂ ਮੋੜ ਬੰਦ ਕਰ ਜਾਈ ਤੀ ਮੈਂ ਮਾਲ ਖਰੀਦੀ ਨਾਸੂ ਮਾਲਕ ਕੀ ਜੋ ਹੁਕਮ ਦਿਆ ਕੇ ਤੇਰੀ ਕਮਾਈ ਖਾਸੂ ਤੁਲਸੀ ਮੇਰੇ ਮਨ ਮੈਂ ਸੇਵਾ ਆਪ ਕਰ ਦੂੰਗੀ ਇਸ ਘਰ ਮੈਂ ਮਨ ਬਤਾ ਮੈਂ ਕਾਸੀ ਸੁਵਤ ਰਾਈ ਬਾਤ ਬਾਤ ਪਹਿਜਤ ਪਕੜੇ ਤੂੰ ਕੇ ਬਾਲ
ਦੀ ਤੂੰ ਮਨੇ ਸਮਾਈ ਤੇ ਆਲੀ ਸੁਮਾ ਤੰਗ ਦੇਵਰ ਤੇਰੀ ਅੰਗਾਈ ਤੇ ਤੇਰੇ ਭਾਈ ਕੀ ਘਰ ਤੇ ਤੇਰੀ ਪੜਤੀ ਹੋ ਟਹਿਲ ਬਜਾਰ ਮੇਰੇ ਬਸ महावीर का करता है सुई लाल मजाली एक लाई लड़ा उसके ला इबे जाके खुलाए के बाद महावीर आया कुआड़ खोले बोला आइए फलाने बोला आगे 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 बोला और बात सुन रहे अपनी साइकिल ने मेरा चूतड़म दे ले पाया टोल लगाएंगे तो भाई देखे इनाम देना ढंग से दो ना तो आप करती हूँ सिर्फ नू सोचू हूँ अब तेरा कर बस जा बस भाई बस सिर्फ नंबर चार पर चेक करने लगी बोला
ਜੀ ਰੱਜਤ ਹਮਾਰੇ ਬਾਹਰ ਮੰਗਿਆ।